ਸਾਨੂੰ ਬਹੁਤ ਹੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ। ਮੈਂ DCS ਬਲੌਕ ਦਾ ਜਿਹੜੇ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਕਵਰੇਜ ਲਈ ਆ ਜਾਂਦੇ ਨੇ ਅਤੇ ਬਹੁਤ ਹੀ ਜ਼ਿਆਦਾ Hello everyone, welcome back to the new video. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ। ਤੇ ਜਿਹੜੀ ਅੱਜ ਦੀ ਵੀਡੀਓ ਹੋਣ ਵਾਲੀ ਹੈ ਉਹ ਹੋਣ ਵਾਲੀ ਹੈ ਦੀਵਾਲੀ ਸਪੈਸ਼ਲ। ਅਸੀਂ ਆਏਗੇ ਅੱਜ ਜਸਵੰਤ ਪੈਲੇਸ ਦੇ ਵਿੱਚ, ਜੋ ਕਿ ਸਾਡੇ ਪਿੱਛੇ ਹੀ ਹੈਗਾ। ਇੱਥੇ ਲੋਇਨ ਕਲੱਬ ਸੁਨਾਮ ਵੱਲੋਂ ਬਹੁਤ ਵਧੀਆ ਦੀਵਾਲੀ ਦਾ ਇੱਕ ਫੈਸਟੀਵਲ ਜੋ ਕਿ ਪ੍ਰੋਗਰਾਮ ਆ ਔਰਗਨਾਈਜ਼ ਕਰਿਆ ਗਿਆ ਹੈਗਾ। ਤੇ ਉਹਨਾਂ ਤੋਂ ਪਹਿਲਾਂ ਵੀ ਕਾਫੀ ਤਰ੍ਹਾਂ ਦੇ ਪ੍ਰੋਗਰਾਮ, ਜੋ ਕਿ ਤੀਆਂ ਦਾ ਪ੍ਰੋਗਰਾਮ ਹੋ ਗਿਆ, ਹਨਾ, ਕੋਈ ਵੀ ਸਾਈਕਲ ਰੈਲੀ ਜਿੱਦਾਂ ਦੀ ਕੁਛ ਵੀ ਹੋ ਗਿਆ, ਉਹ ਸਾਰੇ ਅਰੇਂਜ ਕਰੇ ਜਾਂਦੇ ਨੇ, ਉਹਨਾਂ ਔਰਗਨਾਈਜ਼ ਕਰੇ ਜਾਂਦੇ ਨੇ ਉਹਨਾਂ ਦੁਆਰਾ। ਤੇ ਇੱਕ ਪਹਿਲਾਂ ਵੀ ਅਸੀਂ ਉਹਨਾਂ ਦਾ ਜਿਹੜਾ ਜੋ ਕਿ ਕਵਰ ਕਰਿਆ ਸੀਗਾ ਸਾਈਕਲ ਰੈਲੀ ਸੀਗੀ, ਉਹ ਆਪਣੀ ਵੀਡੀਓ ਆਲਰੇਡੀ ਹੈਗੀ ਆਪਣੇ ਚੈਨਲ ਤੇ, ਤੁਸੀਂ ਜਾ ਕੇ ਦੇਖ ਸਕਦੇ ਹੋ ਜੋ ਕਿ 2 ਅਕਤੂਬਰ ਨੂੰ ਹੋਇਆ ਸੀ ਇਸੇ ਮਹੀਨੇ ਦੇ ਵਿੱਚ। ਤੇ ਆਪਾਂ ਹੁਣ ਅੰਦਰ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈਗਾ। ਆਜੋ ਜੀ ਅੰਦਰ। ਇਹ ਆ ਗਿਆ ਜੀ ਪ੍ਰਿੰਸ ਆਪਣਾ, ਆਪਾਂ ਦੋਨੋਂ ਆਏ ਸੀਗੇ। ਸਤਿ ਸ਼੍ਰੀ ਅਕਾਲ ਕਹਿ ਰਿਹਾ ਸਾਰਿਆਂ ਨੂੰ, ਉਹਦਾ ਮਾਈਕ ਨਹੀਂ ਚੱਲਿਆ ਹਜੇ। ਹਾਂਜੀ ਸਤਿ ਸ਼੍ਰੀ ਅਕਾਲ ਗਾਈਜ਼, ਤੇ ਅੱਜ ਅਸੀਂ ਆਏ ਸੀਗੇ ਜਸਵੰਤ ਪੈਲਸ 'ਚ ਲੋਇਨ ਕਲੱਬ ਵਾਲਿਆਂ ਦੇ, ਇੱਥੇ ਪ੍ਰੋਗਰਾਮ ਸੀ ਦੀਵਾਲੀ ਦਾ। ਤਾਂ ਉਹਨਾਂ ਨੇ ਪਹਿਲਾਂ ਆਪਾਂ ਉਹਨਾਂ ਦੀ ਸਾਈਕਲ ਰੈਲੀ ਇੰਟਰੋਡਿਊਸ ਕਰੀ ਸੀਗੀ, ਤਾਂ ਉਹਨਾਂ ਨੇ ਆਪਾਂ ਨੂੰ ਸਾਈਕਲ ਰੈਲੀ ਵਾਲੀ ਵੀਡੀਓ ਅਤੇ ਬਲੌਗ ਦੇਖ ਕੇ ਉਹ ਇੰਪ੍ਰੈਸ ਹੋ ਗਏ, ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਡਾ ਇਹ ਦੀਵਾਲੀ ਫੈਸਟੀਵਲ ਵਾਲਾ ਪ੍ਰੋਗਰਾਮ ਵੀ ਬਲੌਗ 'ਚ ਲੈ ਕੇ ਆਏ। ਤਾਂ ਉਹਨਾਂ ਦੀ ਇਨਵੀਟੇਸ਼ਨ ਆਈ ਸੀ ਅਤੇ ਅੱਜ ਆਪਾਂ ਆਏ ਹਾਂ ਜਸਵੰਤ ਪੈਲਸ 'ਚ, ਅਤੇ ਉਹ ਦੇਖਦੇ ਹਾਂ ਅੱਗੇ ਕੀ ਪ੍ਰੋਗਰਾਮ ਆ ਦੇ। ਬਾਕੀ ਅਸੀਸ ਨੇ ਤੁਹਾਨੂੰ ਦੱਸ ਹੀ ਦਿੱਤਾ ਕੀ ਪ੍ਰੋਗਰਾਮ ਆ, ਕੀ ਕੁਛ ਹੋਊਗਾ, ਕੀ ਕੁਛ। Every little thing you do, it gets me thinking. Buy another shot, you got me drinking. Girl, you shut me down and there's no witness. Got me in my feels, she would never listen. All the alcohol is in my liver. I guess I lost and you're the winner. Missing your touch, you were a good kisser. I was born a saint, but now I'm a sinner. Falling, falling for you. ਆਪਾਂ ਹੁਣ ਅੰਦਰ ਜਾ ਰਹੇ ਹਾਂਗੇ। ਵਧੀਆ ਮਾਹੌਲ ਬਣਾਇਆ ਹੋਇਆ ਐਨ ਪੂਰਾ ਵਿਆਹ ਮੰਗੋ, ਹਨਾ, ਜਿਵੇਂ ਵਿਆਹ 'ਚ ਹੁੰਦਾ ਹੈਗਾ। ਵਧੀਆ ਡੈਕੋਰੇਸ਼ਨ ਵਗੈਰਾ ਵਧੀਆ ਇੱਧਰ ਸਾਰੀ ਕਰੀ ਹੋਈ ਹੈਗੀ। ਤੇ ਆਪਾਂ ਹੁਣ ਦਿਖਾਉਂਦੇ ਹਾਂ ਜਿਨ੍ਹਾਂ ਨੇ ਔਰਗਨਾਈਜ਼ ਕਰਵਾਇਆ ਹੈਗਾ, ਤੇ ਉਹ ਹੈਗੇ ਨੇ ਸਾਰੇ ਪ੍ਰੈਜ਼ੀਡੈਂਟ ਹੋ ਗਏ, ਸੈਕਟਰੀ ਹੋ ਗਏ, ਇਹਨਾਂ ਦੇ ਜੋ ਕਿ ਔਰਗਨਾਈਜ਼ ਕਰਵਾਇਆ ਗਿਆ ਇਹਨਾਂ ਦੁਆਰਾ। ਤੇ ਹੁਣ ਅੰਦਰ ਦੇਖਦੇ ਹਾਂ ਆਪਾਂ ਕੀ ਮਾਹੌਲ ਹੈਗਾ। ਤੇ ਇੱਧਰ ਸਾਰਾ ਡਿਨਰ ਦਾ ਅਰੇਂਜਮੈਂਟ ਕਰਿਆ ਗਿਆ, ਜਿੱਦਾਂ ਵਿਆਹਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਉਦਾਂ ਸਾਰਾ ਕੁਝ ਅਰੇਂਜਮੈਂਟ ਇੱਥੇ ਕਰਿਆ ਹੋਇਆ ਇਹਨਾਂ ਨੇ, ਕਾਫੀ ਵਧੀਆ ਅਰੇਂਜਮੈਂਟ ਕਰਿਆ ਹੋਇਆ। ਜਿਵੇਂ ਕਿ ਇੱਧਰ ਦੇਖ ਸਕਦੇ ਹੋ ਤੰਦੂਰ ਚੱਲ ਰਿਹਾ ਹੈਗਾ, ਜੋ ਕਿ ਕਬਾਬ ਵਗੈਰਾ, ਹਨਾ, ਸਾਰਾ ਕੁਛ, ਮਤਲਬ ਵੈਜੀਟੇਰੀਅਨ ਨਹੀਂ ਹੈਗਾ, ਪਨੀਰ ਵਗੈਰਾ, ਪਨੀਰ ਟਿੱਕਾ, ਮਲਾਈ ਟਿੱਕਾ, ਜੋ ਵੀ ਸਾਰਾ ਕੁਛ ਹੈਗਾ ਇੱਥੇ। ਮਤਲਬ ਜੋ ਵੀ ਆਏ ਨੇ ਸਾਰੇ ਵਧੀਆ ਇੰਜੋਏ ਕਰਕੇ ਜਾਣਗੇ। ਤੇ ਬਾਕੀ ਦਾ ਪ੍ਰੋਗਰਾਮ ਹੁਣ ਇੱਧਰ ਅੰਦਰ ਹੋ ਰਿਹਾ ਹੈਗਾ, ਅੰਦਰ ਜਾ ਕੇ ਦੇਖਦੇ ਹਾਂ ਆਪਾਂ ਕੀ ਪ੍ਰੋਗਰਾਮ ਹੋ ਰਿਹਾ ਹੈਗਾ। ਅੰਦਰ ਗਾਣੇ ਗੁਣੇ ਚੱਲ ਰਹੇ ਨੇ ਮੈਨੂੰ ਲੱਗਦਾ, ਤਾਂ ਕਰਕੇ ਆਵਾਜ਼ ਥੋੜ੍ਹੀ ਦਿੱਕਤ ਆਊਗੀ। ਤੇ ਜਿਵੇਂ ਕਿ ਅੰਦਰ ਦੇਖ ਸਕਦੇ ਹੋ, ਅੰਦਰ ਵੀ ਬਹੁਤ ਵਧੀਆ ਮਾਹੌਲ ਹੋ ਰੱਖਿਆ ਹੈ। ਇੱਧਰ ਬਾਈ ਜੀ ਨੇ, ਹੋਰ ਜੀ ਠੀਕ ਹੋ? ਤੇ ਦੀਪੋ ਜੀ ਧੰਨਵਾਦ ਜੀ ਤੁਹਾਡਾ DCS ਬਹੁਤ ਧੰਨਵਾਦ। ਅਸੀਂ DCS ਬਲੌਗ ਦਾ ਬਹੁਤ ਸ਼ੁਕਰਗੁਜ਼ਾਰ। ਪਹਿਲੇ ਉਹਨਾਂ ਨੇ ਲੋਇਨਸ ਕਲੱਬ ਦੀ ਇੱਕ ਵਿਸ਼ਾਲ ਰੈਲੀ ਨੂੰ ਕਵਰ ਕੀਤਾ, ਸਾਰੇ ਸੁਨਾਮ ਵਾਸੀਆਂ ਨੂੰ ਇਸ ਬਲੌਗ ਤੇ ਸ਼ੇਅਰ ਕੀਤਾ, ਤੇ ਸਾਰੇ ਸੁਨਾਮ ਵਾਸੀਆਂ ਨੂੰ ਇੱਥੇ ਸਾਡੀ ਵਿਸ਼ਾਲ ਸਾਈਕਲ ਰੈਲੀ ਦਿਖਾ ਕੇ ਇੱਕ ਸੁਨੇਹਾ ਦਿੱਤਾ ਕਿ ਸਵੱਛ ਭਾਰਤ ਔਰ ਸਵੱਛ ਭਾਰਤ ਦੇ ਮੁਹਿੰਮ ਤਹਿਤ ਆਪਾਂ ਨੂੰ ਆਪਣਾ ਸਵੱਸਥ ਔਰ ਸਵੱਛ ਰਹਿਣਾ ਚਾਹੀਦਾ। ਉਸੇ ਤਰ੍ਹਾਂ ਅੱਜ ਦੀਵਾਲੀ ਦੇ ਮੌਕੇ ਸਾਡੇ ਲੋਇਨਸ ਕਲੱਬ ਨੂੰ ਫੰਕਸ਼ਨ ਨੂੰ, ਇੱਕ ਫੈਮਿਲੀ ਫੰਕਸ਼ਨ ਨੂੰ ਅੱਜ ਤੁਸੀਂ ਇਸ ਤੇ ਇੱਕ ਬਲੌਗ ਬਣਾ ਕੇ, ਸਾਨੂੰ ਬਹੁਤ ਹੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਧੰਨਵਾਦ ਜੀ। ਥੈਂਕ ਯੂ ਜੀ। ਮੈਂ DCS ਬਲੌਗ ਦਾ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਕਵਰੇਜ ਲਈ ਆ ਜਾਂਦੇ ਨੇ ਅਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਵੀਡੀਓ ਸ਼ੂਟ ਕਰਦੇ ਨੇ ਤੇ ਕਲਿੱਪ ਬਣਾ ਕੇ ਸਾਨੂੰ ਸੈਂਡ ਕਰਦੇ ਨੇ। ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ। ਸਾਡੀ ਵੀ ਇਹਨਾਂ ਨੂੰ ਕਦੇ ਕਲੱਬ ਦੀ ਲੋੜ ਪਵੇ ਤਾਂ ਸਾਨੂੰ ਜ਼ਰੂਰ ਯਾਦ ਕਰਨ, ਅਸੀਂ ਜਿਹੜੀ ਹੈਲਪ ਹੋਊਗੀ ਇਹਨਾਂ ਦੀ ਜ਼ਰੂਰ ਕਰਾਂਗੇ। ਥੈਂਕ ਯੂ। ਥੈਂਕ ਯੂ। ਹਾਂ
ਹਾਂਜੀ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਬਹੁਤ ਵਧੀਆ ਆਰਗੇਨਾਈਜ਼ ਕਰਿਆ ਹੋਇਆ ਕਿਉਂਕਿ ਜੋ ਵੀ ਇੱਥੇ ਦਾ ਮਾਹੌਲ ਹੈਗਾ ਸਾਰਾ ਬਹੁਤ ਵਧੀਆ ਤਰੀਕੇ ਨਾਲ ਕਰਿਆ ਹੋਇਆ ਜੋ ਵੀ ਖਾਣ ਪੀਣ ਦਾ ਹੋ ਗਿਆ ਪ੍ਰੋਗਰਾਮ ਉੱਦਾਂ ਜੋ ਵੀ ਡੈਕੋਰੇਸ਼ਨ ਹੋ ਗਈ ਜਿੱਦਾਂ ਕਿ ਜੋ ਵੀ ਗੈਸਟ ਆਉਣੇ ਨੇਗੇ ਉਹਨਾਂ ਦੇ ਬੈਠਣ ਲਈ ਚੇਅਰ ਦਾ ਇੰਤਜ਼ਾਮ ਪੂਰਾ ਪ੍ਰੋਪਰਲੀ ਕਰਿਆ ਹੋਇਆ ਕੋਈ ਏਦਾਂ ਕਮੀ ਨਹੀਂ ਰੱਖੀ ਹੋਈ ਹੈਗੀ ਕਿਸੇ ਚੀਜ਼ ਦੀ ਹਰ ਇੱਕ ਚੀਜ਼ ਪ੍ਰੋਪਰਲੀ ਹੈਗੀ ਮੇਨਟੇਨਡ ਹੈਗੀ ਤੇ ਬਹੁਤ ਵਧੀਆ ਲੱਗਿਆ ਤੇ ਰੱਬ ਸੁਰੱਖਿਆ ਵੀ ਅੱਗੇ ਵੀ ਏਦਾਂ ਹੀ ਕਰਦੇ ਰਹਿਣ ਤੇ ਆਪਾਂ ਕਵਰ ਕਰਦੇ ਰਹੀਏ ਇਹਨਾਂ ਦਾ ਜੋ ਵੀ ਪ੍ਰੋਗਰਾਮ ਹੁੰਦਾ ਹੋਊਗਾ ਅੱਗੇ ਤੋਂ ਤੇ ਬਾਕੀ ਐਂਡ ਤੱਕ ਬਣੇ ਰਹੀਓ ਵੀਡੀਓ ਦੇ ਅੱਗੇ ਬਹੁਤ ਚੀਜ਼ਾਂ ਹੋ ਵੀ ਗੇਮ ਕਰਨਗੇ ਇਹ ਜੋ ਵੀ ਕਰਨਗੇ ਆਪਾਂ ਦਿਖਾਵਾਂਗੇ ਸਾਰਾ ਕੁਛ ਐਂਡ ਤੱਕ ਬਣੇ ਰਹੀਓ ਵੀਡੀਓ ਦੇ ਲਓ ਜੀ ਕਾਫੀ ਆ ਗਈ ਆਪਾਂ ਹੁਣ ਕਾਫੀ ਲੱਗਾਂਗੇ ਪੀਣ ਥੈਂਕ ਯੂ ਵੀਰੇ ਇਹ ਬਾਈ ਜੀ ਕਾਫੀ ਲੈ ਕੇ ਆਏ ਸੀਗੇ ਆਪਣੇ ਲਈ ਮੈਂ ਵੈਸੇ ਕੈਮਰੇ 'ਚ ਸ਼ਾਟ ਲੈ ਲਿਆ ਵੀਰੇ ਦਾ ਆਪਾਂ ਦਿਖਾਵਾਂਗੇ ਤੁਹਾਨੂੰ ਜੇ ਆਪਾਂ ਹੁਣ ਕਾਫੀ ਪੀਂਦੇ ਚੇਅਰਸ ਪਿਛਲੀ ਵੀਡੀਓ 'ਚ ਮੇਰੀ ਚਾਹ ਦੀ ਸੀ ਅੱਜ ਇਹ ਜਿਹੜੀ ਕਾਫੀ ਹੈਗੀ ਜਿਹੜੀ ਵਿਆਹਾਂ 'ਚ ਜਾਂ ਕੋਈ ਵੀ ਪ੍ਰੋਗਰਾਮ ਜਿਹੜੀ ਆ ਮਸ਼ੀਨ ਤੋਂ ਬਣਦੀ ਹੈ ਨਾ ਕਾਫੀ ਸਟੀਮ ਵਾਲੀ ਮਸ਼ੀਨ ਤੋਂ ਇਹ ਬੈਸਟ ਹੁੰਦੀ ਹੈਗੀ ਚਾਹੇ ਸਟਾਰਬਕਸ ਪੀ ਲਓ ਜਿੱਥੇ ਮਰਜ਼ੀ ਕਾਫੀ ਪੀ ਲਓ ਮੈਕਡੋਨਲਡ ਹੈ ਨਾ ਘਰੇ ਬਣਾ ਲਓ ਪਰ ਏਦਾਂ ਦੀ ਕਾਫੀ ਦੀ ਜਿਹੜੀ ਫੀਲਿੰਗ ਆ ਉਹ ਵਿਆਹਾਂ ਵਾਲੀ ਹੁੰਦੀ ਹੈ ਜਿਹੜਾ ਜੀਭ ਮੱਚ ਜਾਂਦੀ ਹੈਗੀ ਹਨਾ ਗਰਮ ਗਰਮ ਹੁੰਦੀ ਹੈ ਪਹਿਲਾਂ ਜੀਭ ਮੱਚ ਜਾਂਦੀ ਸੀ ਛੋਟੇ ਹੁੰਦੇ ਉਹ ਚੀਜ਼ ਹੈਗੀ ਬਹੁਤ ਵਧੀਆ ਲੱਗਦੀ ਹੈਗੀ ਇਹ ਦੇਸੀ ਆ ਸਾਰੇ ਕਮੈਂਟ ਕਰਕੇ ਦੱਸਿਓ ਵੀ ਕਿਹਨੂੰ ਕਿਹਨੂੰ ਇਹ ਚੀਜ਼ ਜਿਹੜੀ ਆਹ ਕਾਫੀ ਵਧੀਆ ਲੱਗਦੀ ਹੈ ਮੈਨੂੰ ਤਾਂ ਬਹੁਤ ਪਸੰਦ ਆਇਆ ਕਾਫੀ Shot, you got me drinking. Girl, you shut me down and there's no witness. Got me in my feels, she would never listen. All the alcohol is in my liver. I guess I lost and you're the winner. Missing your touch, you were a good kisser. I was born a saint, but now I'm a sinner. Falling, falling for you. ਕਾਫੀ ਲੋਕ ਆ ਗਏ ਕਾਫੀ ਕਾਫੀ ਲੰਬੀ ਹੋ ਗਈ ਗੇਮ ਹਾਲੇ ਤੱਕ ਚੱਲ ਰਹੀ ਹੈ ਦੋ ਰੋ ਕੰਪਲੀਟ ਹੋਈਆਂ ਨੇ ਮੈਨੂੰ ਤਾਂ ਪਤਾ ਨਹੀਂ ਕਿੱਦਾਂ ਹੁੰਦੀ ਹੈ ਗੇਮ ਇਹ ਤੇ ਕਾਫੀ ਟਾਈਮ ਹੋ ਗਿਆ ਚੱਲਦੀ ਨੂੰ ਹਾਲੇ ਤੱਕ ਚੱਲ ਰਹੀ ਉਹ ਪਹਿਲਾਂ ਜਿਹੜੀ ਗੇਮ ਸੀ ਉਹ ਥੋੜ੍ਹੀ ਅੱਧੀ ਰਹਿ ਗਈ ਸੀ ਮੈਨੂੰ ਲੱਗਦਾ ਅਤੇ ਹੁਣ ਦੁਬਾਰਾ ਖੇਡਣ ਲੱਗੇ ਨੇ ਇਹ ਗੇਮ ਬਾਕੀ ਉੱਧਰ ਜਿਨ੍ਹਾਂ ਨੇ ਵੀ ਅਰੇਂਜਮੈਂਟ ਕਰੇ ਨੇਗੇ ਸਾਰੇ ਉੱਥੇ ਬਹਿ ਗਏ ਨੇ ਨਾਲ ਚੀਫ ਗੈਸਟ ਟੋਨੀ ਜੀ ਨਿਸ਼ਾਨ ਸਿੰਘ ਟੋਨੀ ਜੀ ਬੈਠੇ ਨੇਗੇ ਅਤੇ ਇੱਧਰ ਹਜੇ ਗੇਮ ਚੱਲ ਰਹੀ ਹੈਗੀ ਪਹਿਲਾਂ ਹੀ ਸੋ ਇੱਧਰ ਹੁਣ ਇਨਾਮ ਦਿੱਤੇ ਜਾ ਰਹੇ ਨੇਗੇ ਨਿਸ਼ਾਨ ਸਿੰਘ ਟੋਨੀ ਜੀ ਦੁਆਰਾ ਇਹ ਮੈਨੂੰ ਲੱਗਦਾ ਜਿਹੜੀ ਤੰਬੋਲਾ ਗੇਮ ਹੋਈ ਸੀਗੀ ਉਹਦੇ ਇਨਾਮ ਦੇ ਰਹੇ ਨੇ ਹੁਣ ਇਹਨਾਂ ਨੂੰ ਇਨਾਮ ਮਿਲ ਗਿਆ ਥਰਡ ਲਾਈਨ ਦਾ ਜੋ ਪਹਿਲੀ ਗੇਮ ਸੀ ਉਹ ਖਤਮ ਹੋ ਗਈ ਹੈਗੀ ਉਸਦੇ ਇਨਾਮ ਵੀ ਡਿਸਟ੍ਰੀਬਿਊਟ ਕਰਦੇ ਨੇਗੇ ਤੇ ਇਸ ਤੋਂ ਬਾਅਦ ਦੇਖਣਾ ਕੀ ਹੁੰਦਾ ਕੀ ਨਹੀਂ ਹਾਂਜੀ ਲੜੀ ਜੀ ਕਿਵੇਂ ਲੱਗਿਆ ਫਿਰ ਪ੍ਰੋਗਰਾਮ ਪ੍ਰੋਗਰਾਮ ਪੂਰਾ ਵਧੀਆ ਅੱਜ ਆਪਾਂ ਆਏ ਹੋਏ ਸੀਗੇ ਲੋਇਨ ਕਲੱਬ ਇਹਨਾਂ ਨੇ ਦੀਵਾਲੀ ਸਪੈਸ਼ਲ ਦੇ ਮੀਨਸ ਆਪਣਾ ਪ੍ਰੋਗਰਾਮ ਰੱਖਿਆ ਹੈਗਾ ਤੇ ਬਹੁਤ ਵਧੀਆ ਪ੍ਰੋਗਰਾਮ ਆ ਬੰਦੇ ਵੀ ਬਹੁਤ ਗੁੱਡ ਨੇ ਸੁਸ਼ੀਲ ਗੋਇਲ ਜੀ ਮੀਨਸ ਆਪਣੇ ਮੇਨ ਬੰਦੇ ਨੇ ਨਾ ਇੱਥੋਂ ਦੇ ਕੁਲਦੀਪ ਜੀ ਤੇ ਉਹ ਸਰਕਾਰੀ ਹਸਪੀਟਲ 'ਚ ਡਾਕਟਰ ਨੇ ਉਹ ਤੇ ਬਹੁਤ ਵਧੀਆ ਮਤਲਬ ਪ੍ਰੋਗਰਾਮ ਕਰਦੇ ਨੇ ਹਰ ਇੱਕ ਵਾਰ ਤੇ ਇਸ ਵਾਰ ਵੀ ਬਹੁਤ ਵਧੀਆ ਪ੍ਰੋਗਰਾਮ ਕਰਿਆ ਉਹਨਾਂ ਨੇ ਤੇ ਮੀਨਸ ਤੁਸੀਂ ਦੇਖ ਲਓ ਸਨੈਕਸ ਵਗੈਰਾ ਵੀ ਖਾਣਗੇ ਤੁਹਾਨੂੰ ਸਾਰਾ ਕੁਝ ਤੇ ਕਿਸੇ 'ਚ ਵੀ ਕੋਈ ਵੀ ਐਸੀ ਕੋਈ ਚੀਜ਼ ਨਹੀਂ ਹੈਗੀ ਵੀ ਕੋਈ ਨਾ ਹੋਵੇ ਨਾ ਮੀਨਸ ਵੈਜ ਆ ਸਾਰਾ ਕੁਛ ਕੋਈ ਡਰਿੰਕ ਵਗੈਰਾ ਕੁਛ ਨਹੀਂ ਹੈ ਠੀਕ ਹੈ ਫੋਟੋਗ੍ਰਾਫਰ ਵਗੈਰਾ ਤੇ ਇਹਨਾਂ ਨੇ ਸਾਨੂੰ ਵੀ ਇਨਵਾਈਟ ਕਰਿਆ ਡੀਸੀਐਸ ਵਲੌਗਸ ਨੂੰ ਠੀਕ ਹੈ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਚੀਜ਼ ਦਾ ਤੇ ਬਾਕੀ ਸਾਰਾ ਕੁਛ ਹੈਗਾ ਹੁਣ ਆਈਸਕ੍ਰੀਮ ਵੀ ਆ ਚੁੱਕੇ ਨੇ ਬਾਕੀ ਇਹ ਡਿਨਰ ਚੱਲਣਾ ਹੈਗਾ ਡਿਨਰ ਹਜੇ ਸ਼ੁਰੂ ਨਹੀਂ ਹੋਇਆ 8:30 ਹੋ ਚੁੱਕੇ ਨੇ ਆਲਰੇਡੀ ਹਾਂਜੀ
ਅੰਦਰ ਪ੍ਰੋਗਰਾਮ ਵਗੈਰਾ ਚੱਲ ਰਹੇ ਨੇ, ਅੰਦਰ ਦੀ ਪਾਰਟੀ ਵੀ ਬਹੁਤ ਵਧੀਆ ਕੀਤੀ ਇਹਨਾਂ ਨੇ ਤੇ ਅੰਦਰ ਪ੍ਰੋਗਰਾਮ ਪੂਰਾ ਭਗ ਰਿਹਾ। ਇੱਧਰ ਸਨੈਕਸ ਵਗੈਰਾ ਦਿਖਾ ਦਿਓ। ਇੱਥੇ ਸਾਰੇ ਜਿੰਨੇ ਵੀ ਆਏ ਹੋਏ ਨੇ ਆਪਣਾ ਸਾਰੇ ਵਿਦ ਫੈਮਿਲੀ ਆਏ ਹੋਏ ਨੇ, ਸਾਰੇ ਐਜ਼ ਏ ਫੈਮਿਲੀ ਮੈਂਬਰ ਮੌਜੂਦ ਨੇ ਇੱਥੇ। ਸਾਰੇ ਜਿੰਨੇ ਵੀ ਹੈ ਜੋ ਵੀ ਫੈਮਿਲੀ ਆਈ ਹੋਈਆਂ ਨੇ ਇੱਕ ਤਰ੍ਹਾਂ ਸਭ ਜੁਆਇੰਟ ਫੈਮਿਲੀ ਦੀ ਤਰ੍ਹਾਂ ਨੇ। Every little thing you do, it gets me thinking. Buy another shot, you got me drinking. Girl, you shut me down and there's no witness. Got me in my feels, she would never listen. All the alcohol is in my liver. I guess I lost and you're the winner. Missing your touch, you were a good kisser. I was born a saint, but now I'm a sinner. Falling for you. Pop up on my timeline. Change your colors on me like you're tie-dye. Got me falling for you while you took a skydive. See you in another dimension. Can't sleep on my night's rest. Baby girl, you were my best. My best, best, best. Every little thing you do, it gets me thinking. Buy another shot, you got me drinking. Could you shut me down and there's no witness. Got me in my feels, she would never listen. All the alcohol is in my liver. I guess I lost and you're the winner. Missing your touch, you were a good kisser. I was born a saint, but now I'm a sinner. Falling, falling for you. ਹਾਂਜੀ ਗਾਈਜ਼, ਹੁਣ ਤੁਸੀਂ ਦੇਖ ਚੁੱਕੇ ਹੋ ਨਾ ਪਾਰਟੀ ਦਾ ਆਨੰਦ ਲੈ ਲਿਆ ਤੁਸੀਂ, ਅਸੀਂ ਵੀ ਲੈ ਲਿਆ ਤੇ ਦੇਖੋ ਹੁਣ ਵੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀਗਾ। ਸੁਸ਼ੀਲ ਗੋਇਲ ਜੀ, ਕੁਲਦੀਪ ਗੋਇਲ ਜੀ, ਕਰਨ ਗੋਇਲ ਜੀ, ਭਾਰਤ ਗੋਇਲ ਜੀ, ਬਹੁਤ ਬੈਸਟ ਪਾਰਟੀ ਸੀਗੀ ਇਹਨਾਂ ਦੀ ਦੀਵਾਲੀ ਦੀ। ਤੇ ਹੁਣ ਦੇਖੋ 10 ਵੱਜ ਚੁੱਕੇ ਨੇ ਤੇ ਆਪਾਂ ਐਂਡਿੰਗ ਕਰ ਰਹੇ ਨੇ ਤੇ ਤੁਸੀਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਨਾ। ਤੇ ਸਾਰੀ ਫੈਮਿਲੀਜ਼ ਵੀ ਬਹੁਤ ਬੈਸਟ ਸੀ, ਮਤਲਬ ਇੱਕ ਦੂਸਰੇ ਨਾਲ ਵਧੀਆ ਗੇਮਸ ਖੇਡੀਆਂ ਉਹਨਾਂ ਨੇ, ਹੈ ਨਾ, ਖਾਣਾ ਸ਼ੇਅਰ ਕੀਤਾ ਇੱਕ ਦੂਜੇ ਨਾਲ, ਗਿਫਟ ਵਗੈਰਾ ਵੰਡੇ ਜਾ ਰਹੇ ਨੇ। ਤੇ ਜਿਵੇਂ ਕਿ ਲਾਡੀ ਨੇ ਦੱਸਿਆ ਹੈਗਾ ਕਿ ਪਾਰਟੀ ਦੇ ਜੋ ਅਰੇਂਜਮੈਂਟ ਸੀਗੇ ਬਹੁਤ ਵਧੀਆ ਕਰੇ ਹੋਏ ਸੀਗੇ। ਤੁਸੀਂ ਹੁਣ ਵੀਡੀਓ 'ਚ ਦੇਖ ਲਿਆ ਹੋਣਾ ਕਿ ਕਿੱਦਾਂ ਦੇ ਅਰੇਂਜਮੈਂਟ ਸੀਗੇ, ਜੋ ਕਿ ਆਪਾਂ ਨੇ ਸਾਰਾ ਲਗਭਗ ਦਿਖਾਇਆ ਤੁਹਾਨੂੰ, ਜੋ ਵੀ ਉੱਥੇ ਗੇਮਸ ਹੋਈਆਂ ਸੀਗੀਆਂ ਤੇ ਜੋ ਵੀ ਅਰੇਂਜਮੈਂਟ ਉਹਨਾਂ ਨੇ ਔਰਗਨਾਈਜ਼ ਜਿਸ ਤਰੀਕੇ ਨਾਲ ਕਰਿਆ ਹੋਇਆ ਸੀਗਾ, ਕਾਫੀ ਚੀਜ਼ ਦੀ ਮਤਲਬ ਕੋਈ ਕਮੀ ਨਹੀਂ ਸੀਗੀ, ਹਰੇਕ ਚੀਜ਼ ਸੀਗੀ, ਖਾਣ ਪੀਣ ਨੂੰ ਵੀ, ਐਂਟਰਟੇਨਮੈਂਟ ਲਈ ਵੀ ਸਾਰਾ ਕੁਝ ਸੀਗਾ ਤੇ ਐਵਰੀਥਿੰਗ ਜੋ ਵੀ ਸੀਗਾ ਵੈਜ ਦੇ ਵਿੱਚ ਸੀਗਾ, ਕੋਈ ਨੋਨ ਵੈਜ ਨਹੀਂ ਸੀ, ਨਾ ਕੋਈ ਡਰਿੰਕ ਸੀਗੀਆਂ, ਜਸਟ ਸੌਫਟ ਡਰਿੰਕ ਹੈਗੀਆਂ ਸੀ, ਬਟ ਸਾਰਾ ਕੁਝ ਨੋਨ ਐਲਕੋਹਲਿਕ ਸੀਗਾ ਤੇ ਬਹੁਤ ਵਧੀਆ ਸੀਗਾ ਪ੍ਰੋਗਰਾਮ ਤੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਹੋਪ ਕਿ ਸਾਰਿਆਂ ਨੇ ਇੰਜੋਏ ਕਰਿਆ ਹੋਊਗਾ, ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੇ ਵੀ ਇੰਜੋਏ ਕਰਿਆ ਹੋਣਾ। ਤੇ ਇਹਨਾਂ ਨੇ ਸਾਰਿਆਂ ਨੇ ਆਪਾਂ ਪਹਿਲਾਂ ਦਿਖਾਈ ਚੁੱਕੇ ਕਿ ਔਰਗਨਾਈਜ਼ ਕਰਵਾਇਆ ਸੀਗਾ ਤੇ ਪਹਿਲਾਂ ਇਹ ਵੀਡੀਓ 'ਚ ਆਪਾਂ ਮਿਲਵਾ ਵੀ ਦਿੱਤੇ ਤੁਹਾਨੂੰ ਤੇ ਹੁਣ ਆਪਾਂ ਵਾਪਸ ਚੱਲ ਦਿਆਂਗੇ ਤੇ ਵੀਡੀਓ ਨੂੰ ਇੱਥੇ ਐਂਡ ਕਰ ਦਿਆਂਗੇ। ਹੋਪ ਕਰਦੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਅਗਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ। ਤੇ ਹੁਣ ਆਪਾਂ ਮਿਲਦੇ ਹਾਂ ਅਗਲੀ ਇੱਕ ਨਵੀਂ ਵੀਡੀਓ ਦੇ ਵਿੱਚ, ਉਦੋਂ ਤੱਕ ਟੇਕ ਕੇਅਰ, ਬਾਏ ਬਾਏ, ਥੈਂਕਸ, ਜੈ ਹਿੰਦ। ਲੋ ਗਾਈਸ, ਅੱਜ ਦੇ ਦੀਵਾਲੀ ਦਾ ਪ੍ਰੋਗਰਾਮ ਸੀਗਾ ਜਿਹੜਾ ਉਹ ਸਮਾਪਤ ਤੇ ਚੰਮਲ ਦੇ ਜਿਹੜਾ ਵੀ ਕੁਝ ਸੀਗਾ ਤੁਹਾਨੂੰ ਪੀਸੀਐਸ ਬਲੌਗਰ ਤੇ ਅਵਤਾਰ ਨੇ ਦੱਸ ਹੀ ਦਿੱਤਾ ਜੋ ਵੀ ਪ੍ਰੋਗਰਾਮ ਹੈਗਾ ਸੀਗਾ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾ ਮੇਰੇ ਵੱਲੋਂ ਟੌਪ ਕਿੱਲਰ ਵੱਲੋਂ ਤੇ ਸਮਾਪਤੀ।